ਤੇ ਬਹੁਤ ਸੋਹਣਾ ਵੀ ਉਹ ਟ੍ਰੈਕਿੰਗ ਸਿਸਟਮ ਬਣਿਆ ਹੋਇਆ। ਮੈਂ ਵੀਡੀਓ ਦੇ ਨਾ ਲਾਸਟ ਵਿੱਚ ਇੱਕ ਸੀਨ ਜੋੜੂੰਗਾ। ਮੋਰ ਨੇ ਨਾ ਉੱਥੇ ਪੈਲ ਪਾਈ ਆ, ਉਹ ਜਿੱਥੇ ਹੁਣ ਮੈਂ ਚੱਲਿਆ ਉੱਥੇ ਉਹ ਮੋਰ ਖੜਾ ਵੀ ਉੱਥੇ, ਮੈਂ ਦਿਖਾਉਂਦਾ ਤੁਹਾਨੂੰ। ਆਹ ਮੋਰ ਇੱਥੇ ਆ ਦੇਖ, ਕਹਿੰਦੇ ਜਦੋਂ ਮੋਰ ਨਾ ਪੈਲ ਪਾਉਂਦਾ ਹੁੰਦਾ ਉੱਥੇ ਨਾ ਕੋਈ ਇੱਕ ਆਪਣਾ ਫੰਘ ਸਿੱਟਦਾ ਹੁੰਦਾ, ਦੇਖੇ ਜਾ ਕੇ ਉੱਥੇ ਬਹੁਤ ਸੋਹਣਾ। ਇੱਥੇ ਆਹ ਸਾਈਡ ਜਦੋਂ ਬਰਸਾਤ ਪੈ ਜਾਣੀ ਜਿੱਦਾਂ ਗੋਲਫ ਦਾ ਗਰਾਊਂਡ ਹੁੰਦਾ ਨਾ, ਐਨ ਉੱਦਾਂ ਦਾ ਲੱਗਦਾ ਫਿਰ ਐਂ ਗੋਲਫ ਦਾ ਗਰਾਊਂਡ, ਐਨ ਬਹੁਤ ਸੋਹਣਾ ਸਰ। ਅਤੇ ਹੁਣ ਦੇਖਦੇ ਜਾ ਕੇ ਉੱਧਰ, ਬਹੁਤ ਸੋਹਣਾ ਇਹਨੂੰ ਘਾਹ ਜਿਹਾ ਹੋਇਆ ਪਿਆ ਕੱਟਿਆ ਹੋਇਆ। ਹਾਲੇ ਗੇਮ ਸ਼ੁਰੂ ਹੋਣ ਨੂੰ ਘੱਟੋ ਘੱਟ ਅੱਧਾ ਘੰਟਾ ਹੈਗਾ ਵੀ ਇੱਧਰ, ਜਿਹੜੇ ਉਹਨੇ ਅੱਧੇ ਘੰਟੇ ਤੱਕ ਗੇਮ ਸ਼ੁਰੂ ਕਰਨੀ ਉੱਧਰ ਉਹਨਾਂ ਨੇ ਸਾਰਿਆਂ ਨੇ, ਇੰਨਾ ਟਾਈਮ ਫਿਰ ਮੈਂ ਤਾਂ ਨਦੀ ਦੇ ਇੱਧਰ ਆ ਜਾਂਦਾ। ਮੈਂ ਤੁਹਾਨੂੰ ਹੋਰ ਗੱਲ ਵੀ ਸਾਂਝੀ ਕਰੂੰਗਾ, ਇੱਥੇ ਨਾ ਕੁੱਤੇ ਵੀ 20-25 ਕੁੱਤੇ ਨੇ ਘੇਰ ਲਿਆ ਤਾ ਮੈਨੂੰ, ਉਹ ਵੀ ਦੱਸਦਾ ਬਾਅਦ 'ਚ ਦੱਸਦਾ। ਮੈਂ ਪਹਿਲਾਂ ਦੇਖਿਆ ਇੱਥੇ ਆ ਮੋਰ ਤਾ, ਇੱਥੇ ਮੋਰ ਨੇ ਪੈਲ ਪਾਈ ਹੈ, ਉੱਥੇ ਚੱਲਦੇ ਹਾਂ। ਸਟਿਆ ਹੋਊਗਾ ਖੰਭ ਕਰ ਨਹੀਂ, ਕੋਈ ਲੱਭਣਾ ਪੈਣਾ। ਇਹ ਸੁਣਿਆ ਮੈਂ ਕਹਿੰਦੇ ਮੋਰ ਪੈਲ ਪਾਉਂਦਾ ਹੁੰਦਾ ਵੀ ਉੱਥੇ ਖੰਭ ਘੇਰਦਾ ਹੁੰਦਾ, ਯਾਰ ਕੋਈ ਵੀ ਨਹੀਂ ਹੈਗਾ, ਇੱਥੇ ਘੁੰਮਦਾ ਸੀ। ਮੈਨੂੰ ਐਨਕਾ ਲਾਉਣ ਦੇ, ਥੋੜ੍ਹੇ ਡਾਰਕ ਦਿਖਾਉਣ ਲੱਗ ਗਿਆ ਨਾ ਇੱਥੇ ਨੂੰ, ਹੈ ਨਹੀਂ ਖੰਭ ਯਾਰ, ਨਾਲੇ ਚੱਕ ਲੈ ਗਿਆ। ਆਇਓ ਨਹੀਂ ਦੇਖੋ ਕਿੰਨਾ ਸੋਹਣਾ ਇੱਥੇ ਨਾ ਜੰਗਲ ਦੇ ਵਿੱਚ ਬਹੁਤ ਸੋਹਣਾ ਰਸਤੇ 'ਚ ਬਣੇ ਹੋਏ ਆ। ਉਹ ਨਾ ਇੱਥੇ ਨੂੰ ਚੜਿਆ ਮੋਰ, ਇੱਥੇ ਨੂੰ ਉੱਪਰ ਨੂੰ, ਮੈਂ ਤਾਂ ਕੋਲ ਆ ਗਿਆ ਸੀ, ਮੈਂ ਲਾਸਟ ਵਿੱਚ ਪਾਊਂਗਾ ਵੀਡੀਓ ਦੀ ਮੋਰ ਦੀ। ਇੱਧਰ ਨੂੰ ਗਿਆ ਉਹ ਨਹੀਂ, ਕਿੰਨੇ ਸੋਹਣੇ ਬੱਚੇ ਨੂੰ ਬਣੇ ਹੋਏ ਰਸਤੇ 'ਚ। ਇਹ ਕੁੱਤੇ ਨੇ ਇੱਥੇ ਜਿਹਨਾਂ ਦਾ ਕੋਈ ਜਾਨਵਰ ਮਰ ਜਾਂਦਾ, ਕੋਈ ਮੱਝ ਮਰ ਜਾਂਦੀ, ਕੁੱਤੇ ਮਰ ਜਾਂਦੇ ਆ, ਨਦੀ ਦੇ ਵਿੱਚ ਸੜ ਜਾਂਦੇ ਇੱਥੇ, ਉਹ ਖੁਦ ਪਰਲੇ ਪਾਸੇ ਕਹਿੰਦਾ ਰੱਡੋ ਰੂੜਾ ਹੱਡੀ ਕਹਿ ਦਿੰਦੇ ਆ, ਉੱਥੇ ਫਿਰ ਕੁੱਤੇ ਆ ਜਾਂਦੇ ਆ, ਉਹਨਾਂ ਫਿਰ ਗਰੁੱਪ ਬਣਿਆ ਹੋਇਆ। ਮੈਂ ਕੱਲ੍ਹ ਕਿਸੇ ਨਾਲ ਗੱਲ ਸਾਂਝੀ ਕਰੀ ਇਹ, ਮੈਂ ਕਿਹਾ ਵੀ ਐਂ ਤੇ ਐਂ ਕਹਿੰਦੇ ਬਾਈ ਕੁੱਤੇ ਪੈ ਜਾਂਦੇ ਉਹਨਾਂ ਦਾ ਬਚ ਕੇ। ਚੱਲ ਇੱਧਰ ਨੂੰ ਦੇਖਦੇ ਹਾਂ, ਸ਼ਮਸ਼ਾਨ ਘਾਟ ਇੱਧਰ ਦੂਜੇ ਪਿੰਡ ਵਾਲਿਆਂ ਦਾ। ਉੱਧਰ ਪਲੇਅਰ ਆਉਣ ਲੱਗ ਗਏ, ਸਾਡਾ ਦੂਰ ਤੋਂ ਗਰਾਊਂਡ ਦੇਖਦਾ ਸਾਹਮਣੇ, ਉਹ ਸਾਹਮਣੇ ਸਾਡਾ ਦੂਰ ਤੋਂ ਗਰਾਊਂਡ ਦੇਖਦਾ। ਇਹਨਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਗਮਲੇ 'ਚ ਲਾਏ ਹੋਏ ਆ ਦਿਖਾਉਣ ਵਾਸਤੇ, ਆ ਇੱਥੇ ਫ੍ਰੀ 'ਚ ਲੱਗੇ ਹੋਏ ਆ। ਹੁਣ ਗਾਹਾਂ ਬਰਸਾਤਾਂ ਜਦੋਂ ਬਰਸਾਤਾਂ ਪੈਣੀਆਂ ਨਾ ਫਿਰ ਹਰਿਆ ਭਰਿਆ ਹੋ ਜਾਂਦਾ ਰਾਹ, ਫਿਰ ਤਾਂ ਚੀਜ਼ ਦੇਖਣ ਵਾਲੀ ਹੁੰਦੀ ਆ ਸਾਈਡ ਨੂੰ, ਉਹ ਵੀ ਉਸ ਟਾਈਮ ਹੀ ਵੀਡੀਓ ਬਣਾਊਂਗਾ ਮੈਂ। ਕਿੰਨਾ ਸੋਹਣਾ ਜਿੱਦਾਂ ਜੰਗਲ ਦੇ ਵਿੱਚ ਟ੍ਰੈਕਿੰਗ ਵਾਲਾ ਬਣਿਆ ਹੋਇਆ, ਹੈ ਚੀਜ਼ ਸੁਮਨਸਾਨ। ਉੱਪਰ ਜਿਹੜੀਆਂ ਤਾਰਾਂ ਲੰਘਦੀਆਂ ਜਿਹੜੀਆਂ ਪਤਾ ਨਹੀਂ ਕਿੰਨਾ ਵੋਲਟੇਜ ਹੁੰਦਾ ਇਹਨਾਂ ਦੇ ਵਿੱਚ, ਇਹਨਾਂ ਦੀ ਆਵਾਜ਼ ਆ ਰਹੀ ਹੈ ਵਿੱਚ ਐਨ। ਮੈਨੂੰ ਥੋੜ੍ਹਾ ਨੇੜੇ ਤੋਂ ਮੁੜਨਾ ਪੈਣਾ, ਮੈਂ ਜ਼ਿਆਦਾ ਦੂਰ ਨਹੀਂ ਜਾਣਾ ਚਾਹੁੰਦਾ ਹੈ। ਉੱਧਰ ਪਿੱਛੇ ਇੱਕ ਜੇ ਮੈਚ ਲੱਗ ਲਿਆ, 3 ਮੈਚ ਲੱਗਦੇ ਹੁੰਦੇ ਸਾਡੇ ਇੱਥੇ, 3 ਮੈਚ ਲਾਉਂਦੇ ਹੁੰਦੇ ਆ, 2-1 ਹੁੰਦਾ, ਜਿਹੜੇ 2 ਮੈਚ ਜਿੱਤ ਲਏ ਉਹ ਜਿੱਤੇ, ਜਿਹੜੇ 1 ਦਾ ਫਿਰ ਕਈ ਵਾਰ 3 ਇੱਕ ਇੱਕ ਟੀਮ ਜਿੱਤ ਜਾਂਦੀ ਹੈ, ਪਰ ਬਹੁਤ ਹੁੰਦਾ। ਹਾਂ ਜਿੱਧਰ ਉਹ ਵੀ ਖੜ੍ਹੇ ਆ ਬਹੁਤਾਂ ਨਾਲ ਬੋਲਦੇ ਆ, ਪਰ ਟ੍ਰੈਕਿੰਗ ਵੀਡੀਓ ਨਾਲ ਬਣੇ ਰਹੋ। ਮੈਂ ਨਾ ਲਾਸਟ ਵੀ ਦਿਖਾਊਂਗਾ ਤੁਹਾਨੂੰ ਜਿੱਦਾਂ ਮੋਰ ਨੇ ਪੈਲ ਪਾਈ ਹੈ, ਉਹ ਸੋਹਣੀ ਵੀਡੀਓ ਬਣੀ, ਲਾਸਟ ਵਿੱਚ ਪਾਊਂਗਾ ਜੋੜ ਕੇ ਨਾ ਐਡਿਟ ਕਰਕੇ, ਨਹੀਂ ਤਾਂ ਲਾਈਵ ਵੀਡੀਓ ਨੂੰ ਥੋੜ੍ਹੀ ਜਿਹੀ ਐਡੀਟਿੰਗ ਕਰਨੀ ਪੈਣੀ ਇਹਦੀ।
ਤੇ ਆ ਗੁੱਜਰਾਂ ਨੇ ਆਪਣੀਆਂ ਗਾਵਾਂ ਬੰਨੀਆਂ ਹੋਈਆਂ ਗਾਇਆਂ ਉਹ ਬੈਠਾ ਕੁੱਤਾ ਸੁੱਤਾ ਪਿਆ ਇਹਨਾਂ ਦਾ ਡਰ ਲੱਗਦਾ ਇੱਥੇ ਮੁੰਡੇ ਨੇ ਉਹ ਬਣਾਇਆ ਹੋਇਆ ਆਹ ਲਮਕਣ ਵਾਸਤੇ ਠੀਕ ਆ ਅੱਗੇ ਜਾ ਕੇ ਦਿਖਾਉਂਦੇ ਤੈਨੂੰ ਚੂਹੇ ਹੋਣੇ ਇੱਥੇ ਚੂਹੇ ਦੀ ਖੱਡਾ मैं जब मैं कल आया से मैं सोचता सी मैं इधर अभी वीडियो बनाऊंगा मैं थानू दिखाऊंगा इस साइड में तो जिन्हें इतने तक वीडियो देख ली है तो लाइक वाला बटन दब दो मेरा वीरो नाले अपने अपने प्रतिक्रम जरूर दियो मेरे दिल दे धड़कन तेज हो रहे हैं इधर आके मैं कहते वही खूंखार कुत्ते ना मिल जाना दिल तक 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 आए कर रहा दिल मेरा हूँ इधर ਦਰਖਤ ਦਰਖਤ ਉੱਪਰ ਵੀ ਨਹੀਂ ਚੜ੍ਹ ਸਕਦਾ ਹੈਗਾ ਜੋ ਕੋਈ ਚੀਜ਼ ਇੱਧਰ ਨੂੰ ਆ ਗਈ ਕੋਈ ਘਣਾ ਜੰਗਲ ਜੰਗਲ 'ਚ ਜਾਨ ਮਹਲ ਯੂਟਿਊਬ ਚੈਨਲ ਵਾਲਾ ਨਿਕਲਿਆ ਹੋਇਆ ਉਹ ਉੱਥੇ ਜੇ ਸੜ ਜਾਂਦੇ ਕੋਈ ਜਾਨਵਰ ਮਰਿਆ ਹੈ ਨਾ ਜੋ ਮਰ ਜਾਂਦੇ ਕੋਈ ਮੱਝ ਗਾਂ ਮਰ ਜਾਂਦੇ ਉਹ ਸੜ ਉੱਥੇ ਕੁੱਤੇ ਕੁੱਤੇ ਇਕੱਠੇ ਹੋਏ ਹੁੰਦੇ ਇੱਥੇ ਤਾਂ ਮੇਰੇ ਵੱਲ ਨੂੰ ਦੇਖਣਾ ਬੜਾ ਭੈੜਾ ਭੈੜਾ ਜਿਹਾ ਝੱਕਣ ਮੇਰੇ ਵੱਲ ਨੂੰ ਮੈਂ ਤਾਂ ਹੌਲੀ 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 ਨਿਕਲ ਗਿਆ ਇੱਧਰ ਨੂੰ ਇੱਕ ਮੇਰਾ ਡਾਂਗ ਜੀ ਤਾਂ ਲੈ ਕੇ ਆਉਣੀ ਚਾਹੀਦੀ ਨਾ ਜੇ ਮੈਂ ਇੱਧਰ ਨੂੰ ਆਵਾਂ ਨਾ ਡਾਂਗ ਤਾਂ ਕੋਲ ਚਾਹੀਦੀ ਹੈ ਕਿੰਨਾ ਸੋਹਣਾ ਵਿੱਚ ਨੂੰ ਰਸਤੇ ਜਿਹੇ ਬਣੇ ਹੋਏ ਆ ਇਹ ਦੇਖੋ ਹੁਣ ਸਾਰੇ ਨੇ ਨਹੀਂ ਸੁੱਕੇ ਪਏ ਆ ਇਹ ਸਮਝੋ ਨਾ ਵੀ ਪੱਤ ਪੱਤ ਝੜੇ ਹੋਏ ਪੱਤ ਜਦੋਂ ਬਰਸਾਤ ਪੈਣੀ ਹੈ ਜਦੋਂ ਇਹਨਾਂ ਨੇ ਹਰੇ ਭਰੇ ਹੋਣਾ ਅਤੇ ਅੱਗੇ ਤੁਹਾਨੂੰ ਦਿਖਾਉਂਦਾ ਮੈਂ ਅੱਜ ਕੋਈ ਇੱਥੇ ਫਿਰ ਉਹੀ ਆ ਗਿਆ ਅਤੇ ਉਹ ਮੁੰਡੇ ਖੇਡਦੇ ਉੱਧਰ ਪਰਲੇ ਪਾਸੇ ਦੇਖ ਰਿਹਾ ਮੈਂ ਇੱਥੋਂ ਉਹ ਦੂਜੇ ਪਿੰਡ ਇਸ ਸਾਈਡ ਪਿੰਡ ਸੁਰਤਾ ਪਰ ਪੈ ਜਾਂਦਾ ਤੁਹਾਨੂੰ ਦਿਖਾਉਂਦਾ ਮੈਂ ਇੱਧਰ ਨੂੰ ਫਿਰ ਹੁੰਦਾ ਇਸ ਸਾਈਡ ਨੂੰ ਇੱਥੇ ਆਹ ਐਨ ਘਰ ਕਾ ਹਰਿਆ ਭਰਿਆ ਹੋ ਜਾਂਦਾ ਅਤੇ ਬਹੁਤ ਸੋਹਣਾ ਫਿਰ ਇੱਥੇ ਦ੍ਰਿਸ਼ ਲੱਗਦਾ ਫਿਰ ਆਹ ਹਰੇ ਭਰੇ ਹੋ ਜਾਂਦੇ ਇੱਧਰ ਆਹ ਘਾਹ ਹਰਿਆ ਭਰਿਆ ਹੋ ਜਾਂਦਾ ਕਈ ਵਾਰ ਬਰਸਾਤ ਪੈ ਜਾਂਦੀ ਹੈ ਵਿੱਚ ਪਾਣੀ ਚੱਲਦਾ ਹੁੰਦਾ ਬੜਾ ਇੱਕਦਮ ਨਜ਼ਾਰਾ ਹੁੰਦਾ ਉਹ ਦਿਖਾਓ ਵੀ ਆਉਣ ਵਾਲੇ ਟਾਈਮ 'ਚ ਜਦੋਂ ਹੜ੍ਹ ਦਾ ਮਹੀਨਾ ਜਾਂ ਬਰਸਾਤਾਂ ਪੈਂਦੀਆਂ ਉਹ ਵੀ ਤੁਹਾਨੂੰ ਦਿਖਾਊਂਗਾ ਮੈਂ ਹੁਣ ਮੈਨੂੰ ਮੁੜਨਾ ਚਾਹੀਦਾ ਇੱਥੋਂ ਉਹ ਸਾਈਡ ਮੁੰਡੇ ਖੇਡਦੇ ਮੈਂ ਕੱਲ੍ਹ ਵੀ ਦੇਖਦੇ ਕੱਲ੍ਹ ਉਹ ਮੋੜ ਜਾਂਦਾ ਮੋੜ ਜਾਂਦਾ ਬਹੁਤ ਮੋਰ ਇੱਥੇ ਆ ਮੋਰ ਜਾਂਦਾ ਹਾਂ ਬੋਲ ਇੱਧਰ ਬੋਲਿਆ ਤਾਂ ਮੋਰ ਇਹਨਾਂ ਦਿਨਾਂ 'ਚ ਕੋਇਲ ਬਹੁਤ ਪਿਆਰੀ ਲੱਗਦੀ ਬੋਲਦੀ ਬਹੁਤ ਦੂਰ ਆ ਉਹ ਗਰਾਊਂਡ ਆ ਸਾਡਾ ਇੱਥੋਂ ਬੱਲਾ 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 ਨਾ ਇੱਥੇ ਖੇਡਦੇ ਗਰਾਊਂਡ ਆਉਣ ਲੱਗ ਮੋਟਰਸਾਈਕਲ ਲੈ ਕੇ ਮੁੰਡੇ ਅਤੇ ਹੁਣ ਆਪਾਂ ਵੀ ਚੱਲੀਏ ਉੱਧਰ ਨੂੰ ਬਾਕੀ ਵੀਰੋ ਦੂਰੀ ਬਣਾ ਕੇ ਰੱਖੋ ਠੀਕ ਹੈ ਅਤੇ ਜਿਹੜੇ ਹੁਣ ਆਉਣ ਵਾਲੇ 20-25 ਦਿਨ ਬਹੁਤ ਭੈੜੇ ਆ ਰਹੇ ਆ ਬਚੋ ਆਪਣੇ ਆਪ ਨੂੰ ਬਚਾਓ ਘਰੇ ਰਹੋ ਗੌਰਮੈਂਟ ਤਾਂ ਕਹਿੰਦੀ ਲੋਕਡਾਊਨ ਆਪਣੇ ਆਪ ਲੋਕਡਾਊਨ ਹੋਣਾ ਪੈਣਾ ਤੁਹਾਨੂੰ ਠੀਕ ਹੈ ਵੀਰੋ ਸੁਰੱਖਿਆ ਤੁਹਾਡੇ ਹੱਥ ਹੈ ਸਾਰੀ ਓਏ ਕੁੱਤੇ ਨਹੀਂ ਹੈਗਾ ਮੈਂ ਕਹਿੰਦਾ ਕੁੱਤਾ ਕੋਈ ਮੇਰੇ ਵੱਲ ਭੱਜ ਗਿਆ ਆ ਰੇਗਿਸਤਾਨ ਆ ਰਿਹਾ ਆ ਗਿਆ ਇੱਥੇ ਇੱਥੇ ਫਿਰ ਜਦੋਂ ਬਰਸਾਤ ਪੈਂਦੀ ਨੂੰ ਪਰੋ ਚੰਡੀਗੜ੍ਹ ਵਾਲੀ ਸਾਈਡ ਨੂੰ ਬਹੁਤ ਭਰ ਕੇ ਪਾਣੀ ਇੱਧਰ ਹੁੰਦਾ ਅਤੇ ਉੱਥੇ ਖੁਰਿਆ ਹੋਇਆ ਇੱਥੇ ਨੂੰ ਵੀ ਪਾਣੀ ਬਹੁਤ ਸਪੀਡ ਨਾਲ ਇੱਧਰ ਨੂੰ ਚੱਲਦਾ ਫਿਰ ਇੱਧਰ ਨੂੰ ਸਤਲੁਜ ਦਰਿਆ 'ਚ ਜਾ ਕੇ ਗਿਰਦਾ ਫਿਰ ਸਤਲੁਜ ਦਰਿਆ ਫਿਰ ਉਹ ਮਹਾਂ ਗਾਂ ਨਿਕਲ ਜਾਂਦਾ ਪਾਕਿਸਤਾਨ ਜਾਂਦਾ ਪਾਣੀ ਫਿਰ ਅੱਛਾ ਇਹਨਾਂ ਨੇ ਖੋਲ੍ਹ ਦੇ ਗਏ ਮਹਾਂ ਭਰਾ ਬਰਾਉਨ ਮੁੰਡੇ ਲਓ ਜੀ ਆਹ ਸੀ ਸਾਡੀ ਨਦੀ ਅਤੇ ਮੈਂ ਟਰੈਕਿੰਗ ਕਰਦਾ ਕਰਦਾ ਬਹੁਤ ਦੂਰ ਆ ਗਿਆ ਸੀ ਉਹ ਉੱਧਰ ਹੈ ਅਤੇ ਹੁਣ ਮੈਂ ਲਾਈਵ ਵੀਡੀਓ ਬੰਦ ਕਰਦਾ ਇਸ ਤੋਂ ਬਾਅਦ ਮੋਰ ਦੀ ਵੀਡੀਓ ਦੇਖਿਓ ਫਿਰ ਤੁਸੀਂ ਕੈਮਰੇ ਦਾ ਜੂਮੇ ਇੰਨਾ ਹੈਗਾ ਸਾਹਮਣੇ ਨਾ ਮੋਰ ਪੈਲ ਪਾ ਰਿਹਾ ਜੂਮੇ ਇੰਨਾ ਨਹੀਂ ਤਾਂ ਮੈਂ ਨੇੜੇ ਦਾ ਦੇਖਣਾ ਪਿਆਰਾ ਲੱਗ ਰਿਹਾ ਹੁਣ ਇਸ ਟਾਈਮ ਨੇੜੇ ਤਾਂ ਵੀਡੀਓ ਬਣਦੀ ਬੜੀ ਸੋਹਣੀ ਬਣਦੀ ਇਹਦੀ ਵੀਡੀਓ
ਬਰੋਨ ਮੁੰਡੇ ਮੈਂ ਕਹਿੰਦਾ ਡਰਨਾ ਨਾ ਜਾਵੇ ਮੈਂ ਤਾਂ ਅਸੀਂ ਦੂਰ ਖੜਾ ਬਹੁਤ ਬਹੁਤ ਦੂਰ ਆ ਮੇਰੇ ਤੇ ਆਹ ਦੇਖੋ ਕਿੰਨੀ ਦੂਰ ਆ ਬਹੁਤ ਸੋਹਣਾ ਛੇਜਾ ਜਿਹਾ ਬਣਾਇਆ ਹੋਇਆ ਉਹਨੇ ਥੋੜ੍ਹਾ ਬਹੁਤ ਪਿੱਛੇ ਬੈਕ ਸਾਈਡ ਆ